ਤੇ ਸਫਦਰ ਇਕੱਠ ਕਿੰਨੇ ਦੇ ਲੈ ਕੇ ਆਇਆ ਸੀ? ਇਹ ਜੀ 22,000 ਦੀ ਆਂਦੀ। ਬਾਈ ਉਹ ਪਿੰਡੀ ਪੱਟੀ ਤਾਂ? ਹਾਂਜੀ ਉੱਥੇ ਆਂਦੀ 22,000 ਸਾਰੀ ਲੈਦਰ ਦੀ ਮਤਲਬ? ਹਾਂਜੀ ਇਹ ਉੱਤੇ ਲੈਦਰ ਲੱਗੀ ਜੇ ਥੱਲੇ ਸਾਰਾ ਚਮੜਾ ਹੈ। ਚਮੜਾ ਜੀ ਨਹੀਂ ਮਾਸ਼ਾਅੱਲਾ ਮਜ਼ਬੂਤ ਆ ਸਟੀਲ ਦੇ ਨੇ ਆ ਸਾਰੇ। ਹਾਂ ਪੈਰਦਾਨ ਪੈਰਦਾਨ ਸਾਰੇ ਸਟੀਲ ਦੇ ਆ, ਪਿੱਛੇ ਆਦੋਂ ਮਚੀ ਉਰਾਂ ਪਰਾਂ ਹੋ ਗਏ ਸਾਰਾ ਨਿਜ਼ਾਮ। ਮਾਸ਼ਾਅੱਲਾ ਸੋਹਣੀ ਹੈ। ਉਹ ਪਹਿਲੀ ਕਾਠੀ ਤਾਂ ਉਹ ਮੁਜ਼ੰਮਲ ਨੂੰ ਦੇ ਦਿੱਤੀ ਸੀ? ਹਾਂਜੀ ਉਹ ਹਾਂਜੀ ਉਹਨੂੰ ਦੇ ਦਿੱਤੀ ਸੀ ਉਹ, ਇਹ ਬਾਅਦ ਏ ਫਿਰ ਆਉਂਦੀ ਹੈ। ਅਸਲਾਮੁਅਲੈਕੁਮ ਜੀ, ਅੱਜ ਅਸੀਂ ਮਾਸ਼ਾਅੱਲਾ ਡੇਰੇ ਤੇ ਆਏ ਤੇ ਬੜੇ ਅਰਸੇ ਬਾਅਦ ਆਏ ਆ ਸੱਜਣਾ ਦੇ ਡੇਰੇ ਦੇ ਉੱਤੇ, ਤੇ ਪਾਕਿਸਤਾਨ ਦੇ ਵਿੱਚ ਫੈਸਲਾਬਾਦ ਰੋਡ ਦੇ ਉੱਤੇ ਇਹ ਜਨਾਬ ਬਹੁਤ ਡੇਰਾ ਮਸ਼ਹੂਰ ਡੇਰਾ ਜਿਹੜਾ ਅਸੀਂ ਤੁਹਾਨੂੰ ਪਹਿਲੇ ਕਈ ਦਫਾ ਦਿਖਾ ਚੁੱਕੇ ਆ, ਮੁਲਾਕਾਤ ਵੀ ਅਸੀਂ ਤੁਹਾਡੇ ਨਾਲ ਕਰਵਾਵਾਂਗੇ। ਅਲੀ ਨਾਲ ਤੁਸੀਂ ਮਿਲ ਚੁੱਕੇ ਜੇ ਤੇ ਸਾਡੇ ਫੌਜੀ ਨਾਲ ਵੀ ਤੁਸੀਂ ਮਿਲ ਚੁੱਕੇ ਜੇ ਇਨਸ਼ਾਅੱਲਾ, ਤੇ ਇੱਕ ਹੋਰ ਨਵੀਂ ਸ਼ਖਸੀਅਤ ਅਸੀਂ ਜਿੰਦੀ ਵਜ੍ਹਾ ਨਾਲ ਜਿਹੜਾ ਇੱਕ ਬ੍ਰਿਜ ਜਿਵੇਂ ਦੇ ਨਾਲ ਇਹ ਤਲਕ ਕਾਇਮ ਹੋਇਆ, ਉਹ ਸਾਡੇ ਦੋਸਤ ਸਾਡੇ ਵੀਰ ਸੰਗੀ ਜਿਹੜੇ ਕਿ ਇਟਲੀ ਦੇ ਵਿੱਚ ਹੁੰਦੇ ਸਨ ਸਫਦਰ, ਉਹ ਅੱਜ ਸਾਡੇ ਵਿੱਚ ਇੱਥੇ ਪਾਕਿਸਤਾਨ ਨੇ, ਅਤੇ ਇਨਸ਼ਾਅੱਲਾ ਉਹਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ। ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ ਅਤੇ ਤੁਹਾਡਾ ਵੀ ਤਾਰਫ ਕਰਵਾਉਂਦੇ ਹਾਂ, ਅਤੇ ਇਨਸ਼ਾਅੱਲਾ ਤਾਲਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਉਹਨਾਂ ਦਾ ਜਾਨਵਰ ਵੀ ਦਿਖਾਵਾਂਗੇ, ਅੱਜ ਉਹਨਾਂ ਦਾ ਸ਼ੌਕ ਵੀ ਦਿਖਾਵਾਂਗੇ, ਤੁਹਾਨੂੰ ਵੀ ਸ਼ੌਕ ਕਰਾਵਾਂਗੇ ਅਤੇ ਮੁਲਾਕਾਤ ਵੀ ਕਰਵਾਵਾਂਗੇ। ਅਤੇ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਜੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਜੇ, ਅਤੇ ਜੇ ਅਗਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਕੋਈ ਸ਼ੌਕ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਜੇ, ਤਾਂ ਕਿ ਅਸੀਂ ਵੀ ਆਪਣੇ ਦੋਸਤਾਂ ਨੂੰ ਆਪਣੇ ਇੱਕ ਸਾਡੀ ਇੱਕ ਫੈਮਿਲੀ ਦੀ ਤਰ੍ਹਾਂ ਇੱਕ ਇਹ ਫੈਮਿਲੀ ਹੈ, ਅਸੀਂ ਦੋਵਾਂ ਸਾਰਿਆਂ ਨੂੰ ਆਪਸ ਦੇ ਵਿੱਚ ਆਪਣਾ ਤਾਰਫ ਕਰਾ ਸਕੀਏ ਅਤੇ ਆਪਸ ਦੇ ਵਿੱਚ ਮੁਹੱਬਤਾਂ ਵੰਡ ਸਕੀਏ। ਅਤੇ ਚਲੋ ਜਨਾਬ ਵੀਡੀਓ ਸ਼ੇਅਰ ਕਰ ਰਹੇ ਹਾਂ, ਅਤੇ ਜਲਦੀ ਜਲਦੀ ਇਨਸ਼ਾਅੱਲਾ ਸਭ ਦੇ ਨਾਲ ਅਤੇ ਅਲੀ ਨਾਲ ਅਤੇ ਆਪਦੇ ਫੌਜੀ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਜਨਾਬ। ਲਓ ਜੀ ਮਾਸ਼ਾਅੱਲਾ ਇਹ ਦੇਖੋ, ਹਾਂ ਅਲੀ ਕੋਲੋਂ ਤਾਂ ਤੁਸੀਂ ਵਾਕਫ ਜੇ ਮਾਸ਼ਾਅੱਲਾ, ਪਹਿਲੇ ਘੋੜੀ ਜਿਹੜੀ ਦੌੜਾਈ ਸੀ ਅਮਰੂਦਾਂ ਦੇ ਬਾਗ ਦੇ ਵਿੱਚ ਉਹ, ਅਤੇ ਇਹ ਮੁੰਡਾ ਮਾਸ਼ਾਅੱਲਾ ਫਿਰ ਇਹ ਜਾਨਵਰ, ਉਦੋਂ ਤੁਸੀਂ ਦੇਖੀ ਹੋਵੇਗੀ ਘੋੜੀ ਮੁਸ਼ਕੇ ਰੰਗ ਦਾ ਘੋੜਾ ਸੀ, ਨਾਲ ਇਹ ਵਛੇਰੀ ਸੀ ਨਵੀਂ ਨਵੀਂ ਲੈ ਕੇ ਆਏ ਸੀ, ਹੁਣ ਮਾਸ਼ਾਅੱਲਾ ਘੋੜੀ ਜਿਹੜੀ ਇਹ ਜਨਾਬ ਗੱਭਣੇ, ਅਤੇ ਇਹ ਦੇਖੋ ਮਾਸ਼ਾਅੱਲਾ ਅਲੀ ਅਲੀ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਅਤੇ ਸਾਰੇ ਦੋਸਤਾਂ ਦੇ ਨਾਲ ਇਨਸ਼ਾਅੱਲਾ ਕਾਫੀ ਦੇਰ ਤੋਂ ਬਾਅਦ ਫਿਰ ਮੁਲਾਕਾਤ ਹੋ ਰਹੀ ਹੈ, ਅਤੇ ਸਾਰਿਆਂ ਨੂੰ ਉਮੀਦ ਕਰਨਾ ਜੀ ਇਨਸ਼ਾਅੱਲਾ ਤੁਸੀਂ ਦੇਖਦੇ ਪਏ ਹੋਵੋਗੇ ਅਤੇ ਅਲੀ ਦਾ ਸਲਾਮ ਦਾ ਜਵਾਬ ਜ਼ਰੂਰ ਤੁਸੀਂ ਦੇਵੋਗੇ, ਅਤੇ ਸਾਡੀ ਵੀਡੀਓ ਨੂੰ ਜ਼ਰੂਰ ਤੁਸੀਂ ਸ਼ੇਅਰ ਕਰਨਾ। ਅਤੇ ਲਓ ਜਨਾਬ ਇਹ ਜੇ ਸਾਡਾ ਫੌਜੀ ਜਵਾਨ ਜੀ, ਅਸਲਾਮ ਵਾਲੇਕੁਮ ਸਾਰਿਆਂ ਦੀ ਤਰਫੋਂ ਜਨਾਬ। ਅੱਲਾ ਪਾਕ ਭਾਈਆਂ ਦਾ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜਨਾਬ। ਲਓ ਜਨਾਬ ਇਹ ਹੁਣ ਤੀਸਰੀ ਪਾਰਟੀ ਤੁਹਾਨੂੰ ਹੁਣ ਜ਼ਰਾ ਦਿਖਾਉਣ ਲੱਗੇ ਜੇ, ਇਹ ਜੇ ਸਾਡੇ ਦੋਸਤ ਸਫਦਰ, ਜਿਹੜੇ ਸਫਦਰ ਕਾਫੀ ਵੀਡੀਓ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਦਾ ਰਿਹਾ, ਲੇਕਿਨ ਸਫਦਰ ਨਾਲ ਉਦੋਂ ਮੁਲਾਕਾਤ ਨਹੀਂ ਹੋ ਸਕੀ, ਅਤੇ ਇਹ ਹੁੰਦੇ ਨੇ ਜਨਾਬ ਇਟਲੀ, ਅਤੇ ਮਜ਼ੀਦ ਅਸੀਂ ਗੱਲਬਾਤ ਇਨਸ਼ਾਅੱਲਾ ਕਰਾਂਗੇ। ਸਫਦਰ ਭਾਈ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਸਾਰਿਆਂ ਭਰਾਵਾਂ ਨੂੰ, ਮੇਰੇ ਵੱਲੋਂ ਸਲਾਮ ਜੀ। ਵਾਲੇਕੁਮ ਸਲਾਮ ਜੀ, ਅਸੀਂ ਵੀ ਵਾਲੇਕੁਮ ਸਲਾਮ ਕਹਿੰਦੇ ਪਏ ਹਾਂ, ਅਤੇ ਜਿਹੜੇ ਜਿਹੜੇ ਇਸ ਵੀਡੀਓ ਨੂੰ ਦੇਖਦੇ ਪਏ ਨੇ ਸਾਡੇ ਦੋਸਤ ਜਿਹੜੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਇੱਕ ਫੈਮਿਲੀ ਦੀ ਤਰ੍ਹਾਂ, ਜਨਾਬ ਉਹਨਾਂ ਦੀ ਤਰਫੋਂ ਮੰਮੀ ਤੁਹਾਨੂੰ ਜਨਾਬ ਸਲਾਮ ਦਾ ਜਵਾਬ ਦੇਣਾ। ਅੱਲਾ ਪਾਕ ਤੁਹਾਨੂੰ ਸਲਾਮਤੀ ਕਰੇ ਤੁਹਾਡੇ ਉੱਤੇ, ਅਤੇ ਅੱਲਾ ਪਾਕ ਤੁਹਾਡੇ ਡੇਰੇ ਆਬਾਦ ਰੱਖੇ, ਔਰ ਹਮੇਸ਼ਾ ਜਿਹੜਾ ਅੱਲਾ ਤਰੱਕੀਆਂ ਬਖਸ਼ੇ। ਅਤੇ ਲਓ ਜਨਾਬ ਸਫਦਰ ਭਾਈ ਦਾ ਅੱਜ ਸ਼ੌਕ ਵਿਖਾਣ ਆ, ਅਲੀ ਤਾਂ ਚੜ੍ਹਦਾ ਤੁਸੀਂ ਦੇਖਿਆ ਹੋਵੇਗਾ, ਅਤੇ ਮਗਰ ਅੱਜ ਮਾਸ਼ਾਅੱਲਾ ਪਾਕਿਸਤਾਨ ਦੇ ਵਿੱਚ ਸਫਦਰ ਭਾਈ ਬੜੇ ਅਰਸੇ ਤੋਂ ਬਾਅਦ ਆਏ ਨੇ, ਅਤੇ ਛੁੱਟੀ ਦੇ ਉੱਤੇ ਆਏ ਹੋਏ ਨੇ, ਅਤੇ ਇਨਸ਼ਾਅੱਲਾ ਸਫਦਰ ਭਾਈ ਦੀ ਰਾਈਡਿੰਗ ਦੇਖਦੇ ਹਾਂ, ਅਤੇ ਤੁਹਾਨੂੰ ਵੀ ਸ਼ੌਕ ਕਰਵਾਉਂਦੇ ਹਾਂ। ਅੱਜ ਇਤਵਾਰ ਦਾ ਦਿਨ ਹੈਗਾ ਜੇ, ਅਤੇ ਮਾਸ਼ਾਅੱਲਾ ਤਾਰੂ ਸ਼ਾਰੂ ਪਾ ਲਿਆ ਉਹਨਾਂ ਨੇ, ਕਾਠੀ ਸ਼ਾਠੀ ਪਾ ਲਈ, ਅਤੇ ਜ਼ਰਾ ਹੁਣ ਇਹ ਡੇਰਾ ਜੇ ਮੈਂ ਤੁਹਾਨੂੰ ਡੇਰਾ ਦਿਖਾ ਦਿੰਦਾ, ਇਹ ਸਾਰਾ ਡੇਰਾ, ਇਹ ਜਿਹੜੀ ਅੱਗੇ ਜਗ੍ਹਾ ਹੈਗੀ ਹੈ, ਇਹ ਸਾਰੀ ਸਫਦਰ ਭਾਈ ਉਹਨਾਂ ਦੇ ਕੋਲ ਨੇ ਪਰਲੀ ਜਿਹੜੀ ਜਗ੍ਹਾ ਹੈਗੀ ਹੈ,
ਤੇ ਇਹ ਦੇਖੋ ਨਾਲ ਇਹ ਸਾਰਾ ਡੇਰਾ ਆਪਣਾ ਸਫਦਰ ਭਾਈ ਦਾ, ਸਾਰੇ ਆ ਜਾਨਵਰ ਹੈਗੇ ਜੇ ਅੰਦਰ ਵਾਲਾ ਵੀ ਜਾਨਵਰ ਬਾਹਰ ਚੱਲ ਗਿਆ। ਤੇ ਲਓ ਜਨਾਬ ਇਹ ਸਾਰੇ, ਤੇ ਲਓ ਜਨਾਬ ਅੱਗੇ ਚੱਲਦੇ ਹਾਂ। ਇਹ ਸਾਰੀ ਜਿਹੜੀ ਇਹ ਸਾਹਮਣੇ ਤੁਹਾਨੂੰ ਲੱਗਿਆ ਟੋਕਾ ਸ਼ੋਕਾ ਲੱਗਿਆ ਹੋਇਆ, ਇਹ ਟੋਕਾ ਸ਼ੋਕਾ ਲੱਗਿਆ ਜੀ। ਅਤੇ ਲਓ ਜਨਾਬ ਤੁਸੀਂ ਇਹ ਤੁਹਾਨੂੰ ਵਿਖਾਉਣੇ ਆ, ਵੇਖੋ ਗੰਨੇ ਗੁੰਨੇ ਵੀ ਵਿੱਚ, ਗੰਨੇ ਗੁੰਨੇ ਪੱਠੇ ਸ਼ਟਾਲਾ ਸਾਗ ਉਹ ਸਾਰਾ ਕੁਛ ਵਿੱਚ ਕੁਤਰਿਆ ਜਾਂਦਾ। ਇਹ ਵੇਖੋ ਇਹ ਸਾਰਾ ਮਿਕਸ ਕਰਕੇ ਅਤੇ ਇਹ ਜਾਨਵਰਾਂ ਨੂੰ ਜਨਾਬ ਪਾਇਆ ਜਾਂਦਾ। ਇਹ ਟੋਕਾ ਸ਼ੋਕਾ ਲੱਗਿਆ ਹੋਇਆ ਜੀ, ਇਹ ਸਾਰਾ ਉਹ ਜਨਰੇਟਰ ਜਨਰੂਟਰ ਲੱਗਿਆ ਹੋਇਆ ਜੀ ਡੀਜ਼ਲ ਇੰਜਨ ਵਾਲਾ, ਅਤੇ ਯਾਨੀ ਕਿ ਲੈਟ ਲੂਟ ਨਾ ਵੀ ਹੋਵੇ ਅਤੇ ਪੱਠੇ ਪੁੱਠੇ ਵੀ, ਇਹ ਪੰਪ ਵੀ ਪਾਣੀ ਵਾਲਾ ਲੱਗਿਆ ਹੋਇਆ ਨਾਲ, ਅਤੇ ਪੂਰਾ ਪਾਣੀ। ਅੱਛਾ ਸਫਦਰ ਭਾਈ ਪਾਣੀ ਵੀ ਫਿਰ ਇਹੋ ਹੀ ਇਹਦੇ ਵਿੱਚੋਂ ਹੀ? ਹਾਂ ਜੀ, ਸਿਸਟਮ ਇੱਕੋ ਜਿਹਾ ਹੀ ਹੈ, ਇੱਕੋ ਸਿਸਟਮ, ਪੰਪ ਵੀ ਇਹਦੇ ਸਾਹਮਣੇ ਹੀ ਹੈ। ਅੱਛਾ, ਸਾਰਾ ਸਿਸਟਮ ਇੱਕ ਹੀ ਹੈ। ਤੇ ਜ਼ਰਾ ਚਲਾਓ ਹੋਏ ਨੂੰ, ਚੱਲ ਪਏਗਾ? ਲਓ ਜਨਾਬ ਸਫਦਰ ਭਾਈ ਦਾ ਜਿਹੜਾ ਸੈਟਅਪ ਲੱਗਿਆ, ਜ਼ਰਾ ਅਸੀਂ ਜਨਰੇਟਰ ਤੁਹਾਨੂੰ ਸਟਾਰਟ ਕਰਕੇ ਵਿਖਾਉਂਦੇ ਹਾਂ। ਉਹਨਾਂ 'ਚ ਉਹਨੂੰ ਫਿਰ ਉਹ ਤਾਰੂ ਸ਼ਾਰੂ ਵੀ ਪਾ ਲੈਂਦੇ ਨੇ, ਕਾਠੀ ਸ਼ਾਠੀ ਵੀ ਪਾ ਲੈਂਦੇ ਨੇ, ਅਤੇ ਜਨਾਬ ਤੁਹਾਨੂੰ ਵਿਖਾਉਂਦੇ ਹਾਂ ਕਿ ਦੇਖੋ ਕਿਸ ਤਰ੍ਹਾਂ ਜਿਹੜਾ ਚਾਰਾ ਹੈ ਨਾ। ਇਹ ਵੇਖੋ ਜੀ ਪਾਣੀ ਵੀ ਆ ਗਿਆ ਜੀ, ਬਿਲਕੁਲ ਬਿਲਕੁਲ, ਕਿਆ ਬਾਤ। ਲਓ ਜੀ ਪਾਣੀ ਵੀ ਆ ਗਿਆ ਇੱਧਰੋਂ ਤੁਹਾਨੂੰ, ਅਤੇ ਇਹ ਪੱਠੇ ਪੁੱਠੇ ਵੀ ਉਹ ਸਾਰੇ ਉਤਰ ਲੈਂਦੇ ਨੇ, ਪੱਠੇ ਪੁੱਠੇ ਜਿੰਨੇ ਹੈਗੇ ਨੇ ਗਡੇਰੀਆਂ ਵਾਲੇ। ਚਲੋ ਬਸ ਠੀਕ ਹੋ ਗਿਆ। ਲਓ ਜੀ ਇਹ ਸਾਰਾ ਪੱਠਿਆਂ ਦਾ ਸਿਸਟਮ ਹੈਗਾ ਸੀ, ਉਸ ਤੋਂ ਬਾਅਦ ਇਹ ਵਾੜਾ ਜੇ ਮੱਝਾਂ ਮੁੱਝਾਂ ਵਿੱਚ ਛੱਡੀਆਂ ਹੋਈਆਂ ਨੇ ਸਾਰੀਆਂ। ਇਹ ਜਨਾਬ ਮੱਝਾਂ ਖੁੱਲੀਆਂ ਹੀ ਰਹਿੰਦੀਆਂ ਨੇ? ਅੱਛਾ, ਬੰਦੇ ਬੁੰਦੇ ਨਹੀਂ? ਨਾ ਨਾ, ਖੁਰਲੀਆਂ ਹੀ ਪੱਠੇ, ਉਹ ਪਾਣੀ ਵਾਲੀ ਖੁਰਲੀ ਹੈ। ਠੀਕ ਹੈ, ਡੰਗਰ ਇੰਜ ਈਜ਼ੀ ਰਹਿੰਦੇ ਨੇ। ਕਿਆ ਸਹੀ ਗੱਲ ਹੈ, ਆਜ਼ਾਦ ਫਿਰਦੇ ਰਹਿਣ, ਜਿੱਥੇ ਮਰਜ਼ੀ ਫਿਰਦੇ, ਜਦੋਂ ਮਰਜ਼ੀ ਪੱਠੇ ਖਾਣ, ਪਾਣੀ ਪੀਣ, ਅੰਦਰ ਜਾਣ, ਬਾਹਰ ਬਹਿਣ। ਬਿਲਕੁਲ ਸਹੀ ਹੈ। ਅਤੇ ਲਓ ਇਹ ਕਿੰਨੀਆਂ ਸਫਦਰ ਆਪਣੇ ਕੋਲ ਕਿੰਨੀਆਂ ਮੱਝਾਂ ਹੈਗੀਆਂ? ਮੱਝਾਂ ਹੈ ਨਾ ਮਾਸ਼ਾਅੱਲਾ ਕੋਈ 11 ਕੁ। ਅੱਛਾ, ਹਾਂਜੀ 11 ਮੱਝਾਂ। ਝੋਟੀਆਂ? ਝੋਟੀਆਂ ਵੀ ਆ ਨੇ ਕੋਈ 3-4। 3-4 ਝੋਟੀਆਂ? ਹਾਂਜੀ ਠੀਕ ਹੈ। 10-12 ਗਾਈ? 10-12 ਗਾਈ ਨੇ, ਜਾਜੂ ਵੀ ਨੇ। ਅੱਛਾ ਅੱਛਾ। ਅਤੇ ਲਓ ਜਨਾਬ ਅਸੀਂ ਚੱਲਦੇ ਹਾਂ ਆਪਣੀ ਵੀਡੀਓ ਦੀ ਤਰਫ, ਅਤੇ ਮਾਸ਼ਾਅੱਲਾ ਘੋੜੀ ਤਿਆਰ ਹੋ ਚੁੱਕੀ ਹੈ, ਕਾਠੀ ਸ਼ਾਟੀ ਅਲੀ ਨੇ ਪਾ ਲਈ ਹੈ, ਅਤੇ ਅਸੀਂ ਜ਼ਰਾ ਤੁਹਾਨੂੰ ਸ਼ੌਕ ਕਰਵਾਉਣੇ ਅੱਜ, ਅਤੇ ਉੱਥੇ ਜ਼ਰਾ ਲੀ ਤਾਂ ਚੱਲਦੇ ਹਾਂ ਘੋੜੀ ਲੈ ਕੇ। ਖਾਟੀ ਖੁੱਟੀ ਪਾ ਲਈ ਜੀ ਸਾਰੀ, ਅਤੇ ਅਲੀ ਵੀ ਨਾਲ ਕੰਮ ਕਰਾ ਰਿਹਾ, ਵਿਕਾਸ ਵੀ ਹੈ ਉਹ ਕਾਰ, ਅਤੇ ਸਫਦਰ ਭਾਈ ਮਾਸ਼ਾਅੱਲਾ ਕਾਫੀ ਰਾਈਡਿੰਗ ਦੇ ਵਿੱਚ ਮਹਾਰਤ ਹੈ, ਔਰ ਅੱਜ ਜਿਹੜਾ ਇਨਸ਼ਾਅੱਲਾ ਤਾਲਾ ਅਸੀਂ ਦੇਖਾਂਗੇ। ਅਲੀ ਨੂੰ ਤਾਂ ਪਹਿਲੇ ਦੇਖਿਆ ਸੀ ਘੋੜੀ ਦੀ ਰਾਈਡਿੰਗ ਵਾਸਤੇ, ਅੱਜ ਸਫਦਰ ਭਾਈ ਨੂੰ ਅਸੀਂ ਦੇਖਾਂਗੇ।
चलो हाँ आस्ता दे दो इशारा चलो लेंदी घोड़ी तां ही लेंदी कच्ची तो थोड़ा जहा अगे जाइए ना थोड़ा तेज पिछले पड़ी आवे कुत्ता भी होनी स्पीड तो हो जाए ना चलो ठीक हो गया माशाल्लाह नहीं अस फिर शुरू कर लें गल लो जनाब माशाल्लाह तुसी देखिया सफदर की राइडिंग भी देखी मैंने तो बहुत पसंद आई जी क्योंकि अली की राइडिंग भी होर चीज़ सी मगर एक मास्टर की राइडिंग वो एक होर चीज़ है इस बारे तुहाडा की राय रखते जी तुसी कमेंट्स करके जरूर दस्या जी तो तारफ तुहाडा असी जिहड़ा दोबारा फिर करा दें भाई उरे तुसी अपना तारफ कराओ की नाम नूर अहमद लो जी नूर अहमद भाई ने चाचू ने ते अली भाई ने इन्हों का पता लग गया जे सफदर ने भाई इन्हों के व्डे तो माशाला जरा कैमरे उत्ते वीडियो बना रहे हैं वकार जोड़ा है उन्होंने नाल तारफ जरूर पहले ही है तो नवाज़ थोड़े सामने थोड़ी खिदमत वास्ते हाजिर है तो सज्जना के शौक असी थोड़े नाल शेयर किए हैं तो असी उम्मीद करने कि तुसी भी साढ़े सज्जन जी आप भी शौक साढ़े नाल शेयर करो ताकि दिल दी दिल दे नाल मुहब्बत वो जारी रहे तो इंशाअल्लाह ताला अपनी खुशियां दे विच असी इंशाअल्लाह तुहानू हमेशा याद रखांगे तो वीडियो के बारे दे विच तुहाडे की तासर ने ते वो जरूर तुसी कमेंट दे विच जरूर तुसी दस्या जे इंशाअल्लाह नवी वीडियो दे विच ते नवे सज्जना दे नाल इसे तरह ही माहौल बना के ते फिर हाजिर होवांगे इंशाअल्लाह अल्लाह हाफिज़ ते ऐ जनाब अली दा जिहड़ा नंबर 0311 47 97 803
8 अली का नंबर है जनाब, तो कोई वट्सएप नंबर भी यो है, तो अगर कोई गलबात करनी हो इंशाला हर वक्त थोड़ी मुहब्बत हाजरी खिदमत है जनाब। तो उम्मीद करना जिथे भी रहोगे खुश रहोगे, प्यार मंडो, इजाजत चाहने जनाब, अल्लाह हाफिज़।